ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਜਲੰਧਰ। ਜਲੰਧਰ ਪੁਲਿਸ ਨੂੰ ਮਿਲੀ ਆ ਵੱਡੀ ਕਾਮਯਾਬੀ। ਉਹਨਾਂ ਨੇ ਇੱਕ ਸ਼ਖਸ ਜਿਸ ਦਾ ਨਾਮ ਹੈ ਹਰਪਾਲ ਸਿੰਘ ਪਾਲਾ, ਉਸ ਦੇ ਉੱਪਰ ਇਹ ਇਲਜ਼ਾਮ ਹੈ ਕਿ ਇਹ ISI ਦਾ ਏਜੰਟ ਹੈ, ਜਾਸੂਸੀ ਕਰਦਾ ਸੀ ਔਰ ਇਧਰਲੀ ਜਿੰਨੀ ਵੀ ਇਨਫੋਰਮੇਸ਼ਨ ਹੈ ਉਹ ਪਾਕਿਸਤਾਨ ਰਹਿੰਦੇ ਹੋਏ ਗੋਪਾਲ ਸਿੰਘ ਚਾਵਲਾ ਤੱਕ ਪਹੁੰਚਾਉਂਦਾ ਸੀ। ਇਸ ਖਬਰ ਨਾਲ ਰਿਲੇਟਡ ਪੂਰੀ ਜਾਣਕਾਰੀ ਆਪਾਂ ਲੈਂਦੇ ਹਾਂ ਜੀ। ਮੇਰੇ ਨਾਲ ਜਲੰਧਰ ਤੋਂ ਜੁੜ ਚੁੱਕੇ ਨੇ ਨਰਿੰਦਰ ਗੁਪਤਾ ਜੀ। ਨਰਿੰਦਰ ਗੁਪਤਾ ਜੀ ਤੋਂ ਅਪਡੇਟ ਲੈਂਦੇ ਹਾਂ। ਗੁਪਤਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਹਾਂਜੀ ਸੋਤਾ ਜੀ, ਆਪਣਾ ਜਲੰਧਰ ਪੁਲਿਸ, ਜਲੰਧਰ ਦੇਹਾਤ ਪੁਲਿਸ ਨੇ ਕੱਲ੍ਹ ਇੱਕ ਬੜੀ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਹਰਪਾਲ ਸਿੰਘ ਪਾਲਾ ਜਿਹੜਾ ਵਾ ਉਹਨੂੰ ਗ੍ਰਿਫਤਾਰ ਕੀਤਾ ਗਿਆ। ISI ਦਾ ਏਜੰਟ ਸੀ ਔਰ ਪਾਕਿਸਤਾਨ ਦੇ ਵਿੱਚ ਗੋਪਾਲ ਸਿੰਘ ਚਾਵਲਾ ਜਿਹੜਾ ਉੱਥੇ ਰਹਿੰਦਾ ਸੀ ਔਰ ਉਹਨੂੰ ਉਹਦੇ ਨਾਲ ਇਹਦਾ ਕੰਟੈਕਟ ਸੀ, ਉਹਨਾਂ ਨੂੰ ਜਿੰਨੀ ਵੀ ਇੱਥੋਂ ਦੀ ਇਨਫੋਰਮੇਸ਼ਨ ਸੀ ਸਾਰੀ ਇਕੱਠੀ ਕਰਕੇ ਉੱਥੇ ਪਹੁੰਚਾਉਂਦਾ ਸੀ ਪਾਕਿਸਤਾਨ ਦੇ ਵਿੱਚ ਬੈਠੇ ਗੋਪਾਲ ਸਿੰਘ ਚਾਵਲਾ ਨੂੰ ਔਰ ਉਹਨੇ ਇਨਫੋਰਮੇਸ਼ਨ ਜਿਹੜੀ ਅੱਗੇ ਇਨਫੋਰਮੇਸ਼ਨ ਜਿਹੜੀ ਆ ਸਾਰੀ ਉਹ ਵਿਦੇਸ਼ ਤੱਕ ਪਹੁੰਚਦੀ ਸੀ ਔਰ ਇਹਦਾ ਜਿਹੜਾ ਕਾਫੀ ਕਨੈਕਸ਼ਨ ਜਿਹੜਾ ਵਾ ਅੱਤਵਾਦੀਆਂ ਦੇ ਨਾਲ ਵੀ ਜਿਹੜਾ ਵਾ ਪੁਲਿਸ ਵੱਲੋਂ ਦੱਸਿਆ ਗਿਆ ਵਾ ਕਿ ਅੱਤਵਾਦੀਆਂ ਦੇ ਨਾਲ ਵੀ ਜਿਹੜਾ ਇਹਦਾ ਜਿਹੜਾ ਵਾ ਇਹਦੇ ਕੰਟੈਕਟ ਹੈਗੇ ਨੇ ਔਰ ਪੁਲਿਸ ਨੇ ਇਹਨੂੰ ਜਿਹੜਾ ਵਾ ਉਹ ਇੱਕ ਨਾਕੇਬੰਦੀ ਦੇ ਦੌਰਾਨ ਇਹਨੂੰ ਜਿਹੜਾ ਗ੍ਰਿਫਤਾਰ ਕੀਤਾ ਵਾ ਔਰ ਇਹਦੇ ਕੋਲੋਂ ਜਿਹੜਾ ਵਾ ਭਾਰੀ ਮਾਤਰਾ ਦੇ ਵਿੱਚ ਜਿਹੜੀ ਆ ਕਾਫੀ ਉੱਥੋਂ ਦੀ ਜਿਹੜੇ ਨਕਸ਼ੇ ਵੀ ਬਰਾਮਦ ਹੋਏ ਨੇ ਔਰ ਸਿੰਮਾਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਵਾ ਔਰ ਕਰੰਸੀ ਵੀ ਬਰਾਮਦ ਹੋਈ ਆ ਔਰ ਪੁਲਿਸ ਨੇ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ 3 ਦਿਨ ਦਾ ਜਿਹੜਾ ਵਾ ਰਿਮਾਂਡ ਜਿਹੜਾ ਵਾ ਹਾਸਲ ਕੀਤਾ ਵਾ ਔਰ ਸਾਡੀ SHO ਸ਼ਿਵ ਸ਼ਰਮਾ ਨਾਲ ਗੱਲ ਹੋਈ ਸੀ, ਸ਼ਿਵ ਕੁਮਾਰ ਨਾਲ, ਔਰ ਉਹਨਾਂ ਨੇ ਬਿਲਕੁਲ ਦੱਸਿਆ ਕਿ ਅਸੀਂ ਪੁੱਛਗਿੱਛ ਦੇ ਦੌਰਾਨ ਸਾਨੂੰ ਹੋਰ ਵੀ ਕਈ ਇਹਦੇ ਕੋਲ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਉਹਨਾਂ ਨੇ ਦੱਸੀ ਆ ਔਰ ਸਭ ਤੋਂ ਵੱਡੀ ਗੱਲ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜੀਆਂ ਬਾਹਰਲੀਆਂ ਏਜੰਸੀਆਂ ਵਾ, ਜਿਹੜੀਆਂ ਭਾਰਤ ਸਰਕਾਰ ਵੱਲੋਂ ਵੀ ਜਿਹੜੀਆਂ ਏਜੰਸੀਆਂ, ਇੰਟੈਲੀਜੈਂਸ ਏਜੰਸੀਆਂ ਵਾ, ਉਹਨਾਂ ਨੂੰ ਵੀ ਜਿਹੜੀ ਆ ਜਲੰਧਰ ਪੁਲਿਸ ਵੱਲੋਂ ਇਨਫੋਰਮੇਸ਼ਨ ਦੇ ਦਿੱਤੀ ਗਈ ਆ, ਉਹ ਵੀ ਅੱਜ ਜਾਂ ਕੱਲ੍ਹ ਦੇ ਵਿੱਚ ਜਲੰਧਰ ਪਹੁੰਚ ਰਹੀਆਂ ਵਾ ਇਹਦੇ ਕੋਲੋਂ ਪੁੱਛਗਿੱਛ ਕਰਨ ਵਾਸਤੇ। ਸੋ ਬਹੁਤ ਬਹੁਤ ਮਿਹਰਬਾਨੀ ਗੁਪਤਾ ਜੀ, ਤੁਸੀਂ ਅਪਡੇਟ ਦਿੱਤੀ ਆ ਦੋਸਤੋ, ਬਹੁਤ ਵੱਡੀ ਪ੍ਰਾਪਤੀ ਹੈ ਜੀ ਪੰਜਾਬ ਪੁਲਿਸ ਵੱਲੋਂ ਕੀਤੀ। ਇੱਕ ਸ਼ਖਸ ਜਿਸ ਦਾ ਨਾਂ ਹਰਪਾਲ ਸਿੰਘ ਪਾਲਾ ਹੈ, ਜੋ ਇਨਫੋਰਮੇਸ਼ਨ ਕਲੈਕਟ ਕਰਕੇ ਪਾਕਿਸਤਾਨ ਗੋਪਾਲ ਸਿੰਘ ਚਾਵਲਾ ਨੂੰ ਭੇਜਦਾ ਸੀ ਔਰ ਇਸ ਤੋਂ ਇਲਾਵਾ ਉਹਨਾਂ ਦੇ ਅੱਗੇ ਵੀ ਲਿੰਕ ਸਨ, ਸੋ ਪੰਜਾਬ ਦੀ ਇਨਫੋਰਮੇਸ਼ਨ ਉੱਥੇ ਤੱਕ ਜਾਂਦੀ ਸੀ। ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਕੁਛ ਵੀ ਹੋ ਸਕਦਾ ਸੀ, ਲੇਕਿਨ ਪੰਜਾਬ ਪੁਲਿਸ ਇਸ ਗੱਲ ਦੀ ਮੁਬਾਰਕਬਾਦ ਦੀ ਪਾਤਰ ਹੈ। ਇਸ ਸੰਬੰਧ ਵਿੱਚ ਪੂਰੀ ਜਾਣਕਾਰੀ ਪੁਲਿਸ ਆਫੀਸਰ ਨੇ ਦਿੱਤੀ ਹੈ, ਤੁਸੀਂ ਵੀ ਸੁਣ ਸਕਦੇ ਹੋ। ਹਰਪਾਲ ਸਿੰਘ ਪਾਲਿਆ ਪਿੰਡ ਭਤੀਜ ਥਾਣਾ ਕਰਤਾਰਪੁਰ ਦਾ, ਜਿਹਨੂੰ ਅਸੀਂ 26 ਤਰੀਕ ਨੂੰ ਜਾਂ ਦੇਸ਼ ਵਿਰੋਧੀ ਅਨਸਰ ਨੂੰ ਕੁਛ ਖੁਫੀਆ ਦਸਤਾਵੇਜ਼ ਅਤੇ ਟੈਲੀਫੋਨ 'ਤੇ ਸੰਪਰਕ ਰੱਖਦਾ ਸੀ ਉਹਨਾਂ ਨਾਲ, ਇਹਨੂੰ 26 ਦਿਨ ਅਰੈਸਟ ਕੀਤਾ ਸੀ ਅਤੇ ਅੱਜ ਇਹਨੂੰ ਪੇਸ਼ ਕੀਤਾ, ਜਿਹਦਾ ਇਹਦਾ 3 ਕੁ ਦਿਨ ਦਾ ਅਸੀਂ ਹੋਰ ਰਿਮਾਂਡ ਲਿਆ ਇਹਦਾ, ਤਾਂ ਕਿ ਇਹਨੂੰ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾ ਸਕੇ। ਸਰ, ਕਿੱਦਾਂ ਪਤਾ ਲੱਗਿਆ ਵੀ ਇਹ ਜਿਹੜੇ ਆਪਣੀਆਂ ਜਿਹੜੀਆਂ ਇਹ ਸਾਡੇ ASI ਸੁਰਜੀਤ ਸਿੰਘ ਸੀ, ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਉਹਦੇ 'ਤੇ, ਉਹਨਾਂ ਨੇ ਨਾਕਾਬੰਦੀ ਦੇ ਦੌਰਾਨ ਉਹਨਾਂ ਕੋਲ ਸੀਕਰਟ ਇਨਫੋਰਮੇਸ਼ਨ ਮਿਲੀ ਸੀ, ਇਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ ਇਹਨੂੰ 26 ਤਰੀਕ ਨੂੰ ਜੀ। ਸਰ, ਜਿੱਦਾਂ ਕਿ ਪਤਾ ਲੱਗਿਆ ਕਿ ਕੋਈ ਏਜੰਸੀਆਂ ਵੀ ਆਣ ਕੇ ਇਹਨੂੰ ਤਹਿਕੀਕਾਤ ਕਰ, ਦੇਖੋ ਇਹ ਨੈਸ਼ਨਲ ਲੈਵਲ ਦਾ ਕੰਮ ਹੈ, ਇਹ ਤਾਂ ਦੇਖਦੇ ਹਾਂ ਕੀ ਹੈਗਾ, ਇਹਦਾ ਕੋਸ਼ਿਸ਼ ਕਰਾਂਗੇ ਆਪਾਂ। ਤੁਹਾਨੂੰ ਲੱਗਦਾ ਕਿ ਇਹਦੇ ਤਾਰ ਕਿਤੇ ਹੋਰ ਵੀ ਜੁੜੇ ਹੋ ਸਕਦੇ ਨੇ, ਕਿ ਵਿਦੇਸ਼ਾਂ ਦੇ ਨਾਲ ਵੀ ਜੁੜੇ ਹੋ ਸਕਦੇ ਨੇ? ਮੇਬੀ ਇਹਦੀ ਪੁੱਛਗਿੱਛ ਪਤਾ ਲੱਗ ਸਕਦਾ ਕਿ ਇਹਦੀ ਤਾਰ ਕਿਤੇ ਨਾਲ ਹੈਗੀ ਕਿਤੇ। ਸੋ ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤਾਜ਼ਾ ਖਬਰਾਂ ਲਈ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ।